ਭਾਈ ਅਰਸ਼ਦ ਜੀ ਜਨਾਬ ਜੀ ਹਲੋ ਭਾਈਆਂ ਨੇ ਅਸੀਂ ਕਿਤੇ ਕੰਮ ਤੇ ਜਾਣਾ ਵਾ ਵੀਰਿਆ ਤੇਰੀ ਮਿਹਰਬਾਨੀ ਹੁਣ ਕੁਰਸੀਆਂ ਤੇ ਬੰਦਾ ਜਿਹੜਾ ਤੇਰਾ ਆਉਣਾ ਵਾ ਉਹ ਨਹੀਂ ਆਇਆ ਹੁਣ ਕਮ ਸੇ ਕਮ ਸਾਡਾ ਤੇ ਕੰਮ ਕਰ ਦੇ ਨਾ ਮੈਂ ਤਿਆਰ ਹੋਣਾ ਵਾ ਵੀਰਿਆ ਮੈਂ ਜਾਣਾ ਕੰਮ ਤੇ ਭਾਈ ਜੀ ਉਹ ਜਿਹੜੇ ਬੰਦੇ ਨੇ ਆਣਾ ਉਹ ਬੰਦਾ ਹੈਗਾ ਬਦਮਾਸ਼ ਉਹ ਇੱਥੇ ਸਾਫਾ ਰੱਖ ਕੇ ਚਲਾ ਗਿਆ ਕਿ ਜਿੰਨੀ ਦੇਰ ਤੱਕ ਮੈਂ ਨਾ ਆਵਾਂ ਉਨੀ ਦੇਰ ਕਿਸੇ ਦਾ ਕੰਮ ਨਹੀਂ ਕਰਨਾ ਹੈਗਾ ਉਹ ਬੰਦਾ ਹੈਗਾ ਚੌਧਰੀ ਡੇਰੇਦਾਰ ਜ਼ਮੀਨ ਵਾਲਾ ਦੁਸ਼ਮਣਦਾਰ ਬੰਦਾ ਹੈਗਾ ਉਹ ਤਾਂ ਦੁਸ਼ਮਣਦਾਰ ਹੈ ਵੀਰੇ ਵੀ ਮੈਨੂੰ ਦੱਸ ਅਸੀਂ ਕਿੱਥੋਂ ਕੰਮ ਕਰਾਉਣਾ ਵਾ ਜਦੋਂ ਉਹ ਦੁਸ਼ਮਣਦਾਰ ਆ ਸਾਨੂੰ ਇਸ ਕੁਰਸੀ ਤੇ ਪਾ ਕੇ ਕੰਮ ਕਰਦੇ ਸਾਡਾ ਤੁਸੀਂ ਭਾਈ 10 ਮਿੰਟ ਰੁਕੋ ਜ਼ਰਾ ਕਿ ਬਸ ਉਹਨੇ ਆਣਾ ਉਹਦਾ ਸਿਰਫ ਸ਼ੇਵ ਕਰਨੀ ਹੈ ਤੇ ਉਹਨੇ ਚਲਾ ਜਾਣਾ ਉਹਨੇ ਸ਼ਾਦੀ ਤੇ ਜਾਣਾ ਹੈਗਾ ਯਾਰ 10 ਮਿੰਟ 'ਚ ਕਿੱਦਾਂ ਉਹਦੇ ਸਟicker ਮੂੰਹ ਤੇ ਲਾਉਣਾ ਤੂੰ ਸ਼ੇਵ ਕਰਨੀ ਉਹਨੂੰ ਟਾਈਮ ਲੱਗ ਜਾਣਾ ਵਾ ਤੂੰ ਸਾਡਾ ਉਹਦੇ ਆਉਣ ਤੋਂ ਪਹਿਲੇ ਪਹਿਲੇ ਕਰਦੇ ਕੰਮ ਸਾਡਾ ਨਹੀਂ ਚੋ ਸਭ ਕੰਮ ਕਿਸੇ ਦਾ ਨਹੀਂ ਮੈਂ ਕਰਨਾ ਤੁਹਾਨੂੰ ਵੇਟ ਕਰਨਾ ਪੈਣਾ ਜਿੰਨੀ ਦੇਰ ਤੱਕ ਚੌਰੀ ਸਾਹਿਬ ਨਹੀਂ ਆਉਂਦੇ ਉਹਨਾਂ ਦੀ ਸ਼ੇਵ ਨਹੀਂ ਹੋ ਜਾਂਦੀ ਮੈਂ ਕਿਸੇ ਦਾ ਕੰਮ ਨਹੀਂ ਕਰਦਾ ਤੁਸੀਂ ਸ਼ਹਿਰੇ ਤੇ ਜਾ ਕੇ 10 ਮਿੰਟ ਉਹਨਾਂ ਨੂੰ ਫੜ ਲਿਆਓ ਆਪ ਜਾ ਕੇ ਜੇ ਰੁਕ ਗਿਆ ਤੇ ਉਹਨਾਂ ਨੇ ਗੱਡੀ ਤੇ ਆਣਾ ਤੇ ਉਹ ਆਉਣ ਵਾਲੀ ਆ ਬਸ ਗੱਡੀ ਯਾਲਾ ਵਾਲੀ ਲਈ ਆ ਉਹਨਾਂ ਨੇ ਉਹ ਚੌਰੀ ਸਾਹਿਬ ਨੇ ਜੀ ਇੰਤਜ਼ਾਰ ਕਰਨ ਦੁਕਾਨਦਾਰੀ ਦਾ ਅਸੂਲ ਇਹ ਆ ਕਿ ਜਿਹੜਾ ਬੰਦਾ ਪਹਿਲੇ ਆ ਗਿਆ ਉਹ ਆਣ ਕੇ ਬਹਿ ਕੇ ਕੰਮ ਕਰਾਵੇ ਉਹ ਭਾਵੇਂ ਤੁਸੀਂ ਸਾਡੇ ਬੱਲੇਦਾਰ ਹੋ ਦੋਸਤ ਹੋ ਭਰਾ ਹੋ ਰਾਸ਼ਦ ਭਾਈ ਤੁਸੀਂ ਤਾਂ 10 ਮਿੰਟ ਬੈਠ ਵੀ ਜਾਣਾ ਯਾਰ ਅਸੀਂ ਬਹਿ ਨਹੀਂ ਜਾਣਾ ਵੀਰਿਆ ਕੋ ਸਾਨੂੰ ਵੀ ਕੰਮ ਵਾ ਮੈਨੂੰ ਅਸੀਂ ਤੇਰੇ ਮੱਲੇਦਾਰ ਨਹੀਂ ਅਸੀਂ ਕਿਤੇ ਹੋਰੋਂ ਆ ਜਾਂਦੇ ਹਾਂ ਮੈਨੂੰ ਫੇਰ ਕਰ ਦੇਂਗੇ ਕੰਮ ਸਾਡਾ ਬੜੇ ਅਫਸੋਸ ਵਾਲੀ ਗੱਲ ਆ ਯਾਰ ਤੁਸੀਂ ਲੋਕਾਂ ਨੇ ਤੇ ਕੋਆਪਰੇਟ ਕਰਨਾ ਮੈਂ ਚੌਰੀ ਸਾਹਿਬ ਆਉਣ ਵਾਲੇ ਹੀ ਆ ਸੋਚ ਕਿਉਂ ਕਰੀਏ ਚੌਰੀ ਸਾਹਿਬ ਦੇ ਕੋਲ ਹੋਏ ਆ ਆ ਯਾਰ ਕਾਸਮ ਅਸਲਾਮ ਅਲੈਕਮ ਜਨਾਬ ਜੀ ਵਾਲੇਕਮ ਸਲਾਮ ਜੀ ਵਾਲੇ ਜਨਾਬ ਕੀ ਹਾਲ ਚਾਲ ਹੈ ਠੀਕ ਹੋ ਆ ਚੌਰੀ ਸਾਹਿਬ ਨੇ ਜੀ ਉਹ ਨਹੀਂ ਜੀ ਮੈਂ ਤਾਂ ਸਾਰੇ ਕੈਰੈਕਟਰ ਆ ਤੁਹਾਨੂੰ ਤਾਂ ਪਤਾ ਮੈਂ ਮਸ਼ਹੂਰ ਐਕਟਰ ਆ ਤੁਸੀਂ ਮੈਨੂੰ ਪਹਿਚਾਣਦੇ ਆ ਤੁਸੀਂ ਐਕਟਰ ਹੋ ਤੁਸੀਂ ਹਾਂਜੀ ਹਾਂਜੀ ਮੇਰੇ ਤੇ 4 ਫਿਲਮਾਂ ਲੱਗ ਚੁੱਕੀਆਂ ਤੁਹਾਡੇ ਦੇ ਅੱਛਾ ਜੀ 2 ਫਿਲਮਾਂ ਚ ਲੱਗੀਆਂ ਹਾਂਜੀ ਤੇ 2 ਕੱਲ ਨਾਲ ਲੱਗ ਗਈ ਕਹਿੰਦੇ ਨਾ ਵੀ ਤਾਂ ਬੜੀ ਗੱਲ ਹੈ ਮਤਲਬ ਕੱਲ ਨਾਲ ਵੀ ਸਾਈਡ ਤੇ ਲੱਗ ਗਈ ਪ੍ਰੋਜੈਕਟਰ ਤੇ ਚਲਾਈਆਂ ਉਹਨਾਂ ਨੇ ਅੱਛਾ ਅੱਛਾ ਤੇ ਬਿਗ ਬਿਗ ਫੇਰ ਅੱਛਾ ਜੀ ਮੇਰੀ ਸ਼ੂਟਿੰਗ ਹੈ ਤੇ ਉੱਥੇ ਹੀਰੋਇਨ ਵੀ ਇੰਤਜ਼ਾਰ ਕਰ ਰਹੀ ਹੈ ਤੇ ਵਿਲਨ ਵੀ ਪਹੁੰਚ ਚੁੱਕਿਆ ਕੈਮਰਾਮੈਨ ਵੀ ਪਹੁੰਚ ਚੁੱਕਿਆ ਡਾਇਰੈਕਟਰ ਵੀ ਪਹੁੰਚ ਚੁੱਕਿਆ ਪੂਰਾ ਕ੍ਰਿਊ ਪਹੁੰਚ ਚੁੱਕਿਆ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ ਤੂੰ ਛੱਡ ਸਾਰੀਆਂ ਗੱਲਾਂ ਸ਼ੇਵ ਕਰ ਮੇਰੀ ਜਲਦੀ ਕਰ ਚੌਧਰੀ ਸਾਹਿਬ ਨੇ ਆਣਾ ਮੈਂ ਉਹਨਾਂ ਦਾ ਕੰਮ ਕਰਨਾ ਤੇ ਫਿਰ ਕਿਸੇ ਨੂੰ ਮੈਂ ਇੱਥੇ ਬਿਠਾਉਣਾ ਕਿਹੜਾ ਚੌਧਰੀ ਚੌਧਰੀ ਚੱਕ ਝੁਬਰੇ ਤੋਂ ਆਣਾ ਉਹਨੇ ਬੜਾ ਜ਼ਹਿਰੀਲਾ ਬੰਦਾ ਦੁਸ਼ਮਣਦਾਰ ਬੰਦਾ ਜ਼ਹਿਰੀਲਾ ਕੀ ਗੱਲ ਉਹ ਸੱਪਾਂ ਨੂੰ ਜ਼ਹਿਰ ਭਰ ਕੇ ਦਿੰਦਾ ਉਹ ਯਾਰ ਉਹ ਮੈਨੂੰ ਵੀ ਮਾਰੇਗਾ ਤੈਨੂੰ ਵੀ ਮਾਰੇਗਾ ਸ਼ਰੀਫ ਉਹ ਐਵੇਂ ਮਾਰੇਗਾ ਉਹ ਫਿਲਮਾਂ 'ਚ ਤੂੰ ਮੈਨੂੰ ਵੇਖਦਾ ਨਹੀਂ ਮੈਂ ਤਾਂ ਵੱਡੇ ਵੱਡੇ ਵਿਲਨਾਂ ਦਾ ਸਤਿਆ ਨਾਸ਼ ਕਰ ਦਿੰਦਾ ਤੂੰ ਮੇਰੀ ਉਹ ਫਲਾਇੰਗ ਕਿੱਕ ਨਹੀਂ ਵੇਖਦਾ ਹੈ ਅੱਛਾ ਜੀ ਆ ਕਿਹੜਾ ਚੌਧਰੀ ਤੇਰਾ ਜਿਹੜਾ ਸਾਡੇ ਨਾਲ ਵੱਧ ਲੜਾਕਾ ਆ ਪਹਿਲੇ ਅਸੀਂ ਤੁਹਾਡੇ ਤੋਂ ਆਏ ਆ ਪਹਿਲੇ ਅਸੀਂ ਕੰਮ ਕਰਾਉਣਾ ਵਾ ਉਸ ਤੋਂ ਬਾਅਦ ਤੁਸੀਂ ਕਰਾਉਣਾ ਭਾਜੀ ਮੇਰੀ ਗੱਲ ਸੁਣ ਲਓ ਆਪਣਾ ਕੀ ਆਪਣਾ ਤਾਰਸ ਤੇ ਕਰਾਓ ਇੱਧਰ ਤੁਸੀਂ ਕਿੰਨੀਆਂ ਫਿਲਮਾਂ ਕੀਤੀਆਂ 4 ਫਿਲਮਾਂ ਕੀਤੀਆਂ 4 ਫਿਲਮਾਂ ਕੀਤੀਆਂ ਮੈਂ 8 ਫਿਲਮਾਂ ਦੇਖੀਆਂ ਪਹਿਲੇ ਮੇਰਾ ਹੱਕ ਬਣਦਾ ਤੂੰ ਜੇ ਮੇਰੀਆਂ 2 ਚੋਂ 1 ਵੀ ਦੇਖੀ ਹੁੰਦੀ ਨਾ ਤਾਂ ਮੈਂ ਤੈਨੂੰ ਇੱਥੇ ਬਿਠਾ ਦੇਣਾ ਵੀਰਿਆ ਮੈਂ ਆਪਣਾ ਕੰਮ ਕਰਾਉਣਾ ਮੈਨੂੰ ਆਪਣਾ ਤੋਂ ਆਪਣੀਆਂ ਫਿਲਮਾਂ ਦਾ ਕੰਮ ਆਜ ਮੇਰੀ ਗੱਲ ਸੁਣ ਉੱਥੇ ਤੁਸੀਂ ਵਟਸਐਪ ਤੈਨੂੰ ਪਤਾ ਡਾਇਰੈਕਟਰ ਨੂੰ ਕਿੰਨੀਆਂ ਗਾਲਾਂ ਕੱਢਦੇ ਉਹ ਡਾਇਰੈਕਟਰ ਆ ਫਿਲਮ ਦੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੋਇਆ ਹੁਣ ਵੀਰੇ ਦੇਖ ਮੇਰੇ ਛੋਟੇ ਛੋਟੇ ਬੱਚੇ ਵੀ ਐ ਹੈ ਤੇਰੀ ਮਿਹਰਬਾਨੀ ਯਾਰ ਮੇਰੀ ਰੋਜ਼ੀ ਰੋਟੀ ਦਾ ਸਵਾਲ ਆ ਤੂੰ ਸ਼ੇਵ ਕਰਾ ਕੇ ਕਿੱਥੇ ਜਾਣਾ ਯਾਰ ਤੂੰ ਤੇ ਫਿਲਮਾਂ 'ਚ ਕੰਮ ਕਰਦਾ ਤੂੰ ਤਾਂ ਬੱਚੇ ਆਪਣੇ ਫਿਲਮ ਦੇ ਵਿੱਚ ਇੱਕ ਮਿੰਟ ਦੇ ਵਿੱਚ ਵੱਡੇ ਕਰ ਲੈਣੇ ਆ ਵੀਰੇ ਸਾਡੀ ਆਪਣੀ ਪਰੇਸ਼ਾਨੀ ਅਸੀਂ ਜਾ ਕੇ ਕੰਮ ਕਰਨਾ ਸਾਡੇ ਵਾਲ ਵੱਡੇ ਹੋਏ ਪਏ ਆ ਤੇ ਯਾਰ ਤੇਰੀ ਮਿਹਰਬਾਨੀ ਦੇਖ ਮੈਨੂੰ ਆ ਮੇਰੀ 5ਵੀਂ ਫਿਲਮ ਆ ਇਹ ਸੁਪਰ ਡੁਪਰ ਹਿੱਟ ਹੋਣੀ ਤੇ 4 ਜਿਹੜੀਆਂ ਉਹ ਨਹੀਂ ਹੋਈਆਂ ਉਹ 4 ਫਿਲਮਾਂ ਦਾ 2 'ਚ ਤਾਂ ਵੱਧਵਾ ਲੱਗ ਗਈ ਮੈਨੂੰ ਤੁਹਾਨੂੰ ਹਾਂਜੀ ਅੱਛਾ ਜੀ ਹਾਂਜੀ ਤੇ ਚੌਥੀ ਤੀਜੀ ਮੇਰੀ ਫਿਲਮ ਲੱਗੀ ਤੇ ਮੈਂ ਬਿਮਾਰ ਹੋ ਗਿਆ ਝੁਬਰੇ ਦਾ ਉਹ ਆਉਣ ਵਾਲਾ ਹੀ ਆ ਤੇ ਭਾਵੇਂ ਤੁਹਾਡੀ ਮਿਹਰਬਾਨੀ ਤੇ ਤੁਸੀਂ ਉੱਠ ਕੇ ਖੜੇ ਹੋ ਜਾਓ ਆ ਗਿਆ ਬਿੱਲਾ ਗੁੱਜਰ ਆ ਗਿਆ ਉਹ ਚੋਰੀ ਸਾਹਿਬ ਚੋਰੀ ਸਾਹਿਬ ਹੋਰ ਸੁਣਾ ਠੀਕ ਆ ਬਾਈ ਠੀਕ ਕੀ ਇੱਥੇ ਰੋਲਾ ਪਿਆ ਹੋਇਆ ਹਾਂ ਭਾਈ ਆ ਗਿਆ ਚੁੱਪ ਕਿਉਂ ਹੋ ਗਏ ਹਾਂ ਤੈਨੂੰ ਮੈਂ ਕਿਹਾ ਸੀ ਵੀ ਮੈਂ ਬਲੀਮੇ ਤੇ ਜਾਣਾ ਤੂੰ ਬੰਦਾ ਬਟਾਈ ਬੈਠਾ ਉਹ ਬੈਠੋ ਬੈਠੋ ਭਾਈ ਤੁਸੀਂ ਇਹਦੇ ਬੰਦਾ ਐਵੇਂ ਬੈਠਾ ਸੀ ਪਿਛਲੀ ਕੋਠੀ ਤੋਂ ਭੁੱਲ ਗਏ ਆ ਆਜੋ 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 ਬੈਠੋ ਬੈਠੋ ਮਾਫੀ ਬੈਠੋ ਜਰਾ ਮੈਂ ਤਾਂ ਗਲਤੀ ਕਰ ਰਿਹਾ ਸੀ ਤੂੰ ਸਾਈਡ ਸੁੱਟਿਆ ਮੇਰੇ ਦਿਮਾਗ ਉੱਤੇ ਤੁਸੀਂ ਬਦਮਾਸ਼ ਕਹਿਣ ਡੇ ਇਹਦੀ ਸ਼ਕਲ ਗੌਰ ਨਾਲ ਦੇਖੋ ਕੁੱਤੀ ਦੀ ਬਾਚੀ ਵਰਗਾ ਮੂੰਹ ਨਹੀਂ ਇਹਦਾ ਕੀ ਕਹਿ ਰਿਹਾ ਇਹਨੇ ਕਤਲ ਹੋਣਾ ਛੇਵਾਂ ਕਤਲ ਮੇਰੇ ਤੋਂ ਹੋਣਾ ਘੁੱਗੇ ਨੂੰ ਦੱਸ ਮੈਂ ਕੌਣ ਆ
मलंगे जी लड़ाई बस उथे 10 मिनट लग गए 10 के बंदे फटर कीते ते मैं तेरे अल आ गया चौधरी साहब अच्छे लग रहे स्मार्ट लग रहे तेन पता नहीं हर इलाके चो मेरा पुछ हर इलाके चो बकवास बंद कर अपनी शीशे बना गया पंडाल मारे सिरी पा खांदे नंबर गली च रहिंदा तेन पैंपर दी तमीज नहीं चौधरी साहब चौधरी साहब
ਕੁਗਿਆ ਜੀ ਸਰ ਚੌਰੀ ਚ ਰੌਣਕ ਤਾਂ ਵੈਸੇ ਆਉਣ ਦੇ ਚੌਰੀ ਸਾਹਿਬ ਤੁਹਾਡੇ ਵੈਸੇ ਰੌਣਕ ਆ ਰਹੀ ਆ ਤੁਹਾਡੇ ਵਿੱਚ ਸਾਹਿਬ ਆਉਣੀ ਨਹੀਂ ਕੁਗੇ ਦਾ ਹੱਥ ਲੱਗਾ ਹੋਇਆ ਹਾਂ ਚੌਰੀ ਵੈਸੇ ਇਹ ਆ ਵੀ ਫਰਕ ਪੈਂਦਾ ਤੈਨੂੰ ਚੌਰੀ ਨਾ ਪਵੇ ਕਿਦਾਂ ਨਾ 24 ਘੰਟੇ ਦਾ ਲੋਡ ਰਹਿੰਦੇ ਆ ਬੱਲੇ ਬੱਲੇ ਚੌਰੀ ਲੋਡ ਤੇ ਰੱਖਣਾ ਹੀ ਪੈਣਾ ਚੌਰੀ ਮੂੰਹ ਚ ਲਸਣ ਬੀਜਿਆ ਵਾ ਅੱਛਾ ਨਹੀਂ ਮੁੰਸ਼ੀ ਮੁੰਸ਼ੀ ਅਰੇ ਹੋ ਜਾ ਕੁਝ ਪੈਂਦੇ ਕੁੱਦੇ ਆਇਆ ਆਇਆ ਚੌਰੀ ਆਇਆ ਅੱਧਾ ਕਿਲੋ ਦੁੱਧ ਪੱਤੀ ਕਹਿ ਜਰਾ ਉਹਦਾ ਵੀ ਤੁਸੀਂ ਮਸਾਜ ਕਰਾਉਂਗੇ ਮਸਾਜ ਨਹੀਂ ਕਰਾਉਣਾ ਤਬੀਅਤ ਖਰਾਬ ਆ ਜਰਾ ਦੇਨ ਹੋਇਆ ਤੈਨੂੰ ਪਤਾ ਲੜਾਈ ਦੇ ਵਿੱਚ ਫਿਰ ਹੋ ਜਾਂਦੀ ਥਕਾਵਟ ਚੌਰੀ ਸਾਹਿਬ ਤੁਹਾਡਾ ਮੂੰਹ ਪਤਾ ਕਿਦਾਂ ਦਾ ਮੈਨੂੰ ਲੱਗਣ ਡਿਆ ਉਹ ਜਿਹੜਾ ਬੋਰੀ ਚ ਆਖਰੀ ਕੋਲਾ ਨਹੀਂ ਹੁੰਦਾ ਉੱਥੇ ਦਾਦੀ ਦੀ ਚਾਹ ਕਰਵਾ ਦਬਾ ਰੋ ਤਾ ਕਾਣਾ ਹੋਵੇ ਚੌਰੀ ਆ ਇੱਧਰ ਆ ਇੱਧਰ ਇੱਧਰ ਪਿੱਛੇ ਕੁੱਗੇ ਲੜਾਈਆਂ ਝਗੜਿਆਂ ਵਾਲਾ ਬੰਦਾ ਵਾ ਇਦਾਂ ਦਾ ਬੰਦਾ ਜਦੋਂ ਬੰਦਾ ਮਾਰ ਕੇ ਹਟਦਾ ਹੁੰਦਾ ਨਾ ਸਭ ਤੋਂ ਪਹਿਲੇ ਉਹਦੀ ਜੇਬ 'ਚ ਮੋਬਾਈਲ ਕੱਢ ਕੇ ਭੱਜਦਾ ਹੁੰਦਾ ਨਹੀਂ ਨਹੀਂ ਆਪਸ 'ਚ ਗੱਲ ਕਰ ਰਹੇ ਚੌਰੀ ਸਾਹਿਬ ਤੁਹਾਨੂੰ ਕਿੱਥੇ ਤੁਹਾਡਾ ਸਾਡੀ ਜ਼ਰੂਰਤ ਹੈ ਕਿ ਤੁਹਾਡੇ ਨਾਲ ਗੱਲ ਕਰ ਜਾਈਏ ਕਰਾਚੀ ਜਦੋਂ ਬੰਦਰਗਾਹ ਤੇ ਮੇਰੀ ਲੜਾਈ ਹੋਈ ਆ ਬਾਂਦਰਾਂ ਦੇ ਨਾਲ ਹਾਂ ਬਿਲਕੁਲ ਹੋਈ ਕੀ ਕਹਿ ਰਹੇ ਬੰਦਰਗਾਹ ਤੇ ਬਾਂਦਰ ਹੀ ਹੁੰਦੇ ਭਾਈ ਨਹੀਂ ਨਹੀਂ ਬੰਦਰਗਾਹ ਹੁੰਦੀ ਹੈ ਜਿੱਥੇ ਜਹਾਜ਼ ਆ ਕੇ ਰੁਕਦੇ ਆ ਉੱਥੇ ਲੜਾਈ ਹੋਈ ਆ ਅੱਛਾ ਅੱਛਾ ਹਾਂ ਸ਼ੇਪ ਆ ਗਈ ਉੱਥੇ ਉੱਥੇ ਕੁੱਗਿਆ ਪੁੱਛ ਕੁਛ ਨਾ ਵਾ ਵਾ ਇੱਧਰ ਵੀ ਬੰਦੇ ਇੱਧਰ ਵੀ ਬੰਦੇ ਤੇ ਤੇਰਾ ਯਾਰ ਕੱਲਾ ਕੀ ਬਾਤ ਓਏ ਹੋਏ ਬੜੀ ਕੁੱਟ ਪਈ ਚੌਰੀ ਨੂੰ ਬੜੀ ਕੁੱਟ ਪਈ ਕੁੱਟ ਕੁੱਟ ਕਿੱਥੇ ਪਈ ਚੌਰੀ ਆ ਉਹ ਬੰਦਾ ਕਤਲ ਕੀਤੇ ਨੇ ਤੈਨੂੰ ਪਤਾ ਵੀ ਲੜਾਈ ਤੋਂ ਤਾਂ ਲੋਕ ਡਰਦੇ ਆ ਆ ਵੀ ਐਵੇਂ ਗਾਲੀ ਪਾਉਣ ਵਾਲੀ ਗੱਲ ਆ ਅੱਛਾ ਚੌਰੀ ਦੇ ਫੇਸ਼ੀਅਲ ਕਰਾ ਕੇ ਵੀ ਲਾਨਤ ਨਹੀਂ ਗਈ ਮੂੰਹ ਤੋਂ ਮੇਰੀ ਬੋਲਾ ਮੇਰੀ ਦੁਨੀਆ ਜਿੱਦ ਕਰ ਲਈ ਤਬਾਹ ਹੋ ਜਾ ਉਧਰ ਬਸ ਫਿਰ ਤੂੰ ਗਿਆ ਪੁੱਛ ਕੁਛ ਨਾ ਵਾ ਵਾ ਫਿਰ ਕੱਢੀ ਮੈਂ ਇੱਥੋਂ ਦਨਾਲੀ ਇੱਥੋਂ ਦਨਾਲੀ ਜਿਹੜੀ ਜਿਹੜਾ ਬੰਦਾ ਦਨਾਲੀ ਡੱਬ ਨਾਲ ਆ ਸਕਦਾ ਓਏ ਹੋਏ ਓਏ ਹੋਏ ਹੋਏ ਦਨਾਲੀ ਜਦੋਂ ਤੁਰਦੇ ਹੋਵਾਂਗੇ ਚੌਰੀ ਸਾਹਿਬ ਉਹ ਤਾਂ ਜ਼ਮੀਨ ਨੂੰ ਲੱਗਦੀ ਹੋਣੀ ਆ ਤੂੰ ਕਦੀ ਲੜਾਈਆਂ ਲੜੀਆਂ ਨਹੀਂ ਕਾਕਾ ਨਾ ਨਾ ਤੈਨੂੰ ਨਹੀਂ ਪਤਾ ਵੀ ਦੁਸ਼ਮਣਦਾਰੀ ਕੀ ਆ ਕਿਉਂ ਨਹੀਂ ਲੜੀਆਂ 6 ਸਾਲ ਤਾਂ ਬਿਮਾਰੀ ਨਾਲ ਲੜਿਆ ਚੌਰੀ ਮੇਰੇ ਤੋਂ ਬਹੁਤਾ ਲੜਿਆ ਕੀ ਮਤਲਬ ਤੇਰਾ ਚੌਰੀ ਤਾਂ ਬਿਮਾਰ ਹੀ ਇੰਨਾ ਰਿਹਾ ਵਾ ਡਾਕਟਰ ਨੇ ਬਕਾਇਦਾ ਆਪਣੀ ਦੁਕਾਨ ਦੀ ਚਾਬੀ ਦੇ ਦਿੱਤੀ ਇਹਨੂੰ ਕਿ ਆਪੀ ਦਵਾਈ ਲੈ ਜਾ ਕਰ ਯਾਰ ਮੇਰੇ ਕੋਲ ਨਹੀਂ ਇੰਨਾ ਆਇਆ ਜਾਂਦਾ ਗੱਲ ਪਤਾ ਕੀ ਆ ਜੀ ਤੇਰੇ ਮੈਂ ਪਰਵੱਟੇ ਤੇ ਇਦਾਂ ਦੀ ਟੱਕਰ ਮਾਰਨੀ ਆ ਤੈਨੂੰ ਜ਼ਿੰਦਗੀ ਤੈਨੂੰ ਹੋਸ਼ ਨਹੀਂ ਰਹਿਣਾ ਲੋ ਮੈਨੂੰ ਕੁਝ ਵੀ ਨਹੀਂ ਹੋਣਾ ਹੈ ਕਿਉਂ ਕੁਛ ਥੱਕ ਗਿਆ ਤੂੰ ਯਾਰ ਕੰਮ ਹੋ ਗਿਆ ਥੱਕ ਗਿਆ ਤੂੰ ਤੁਸੀਂ ਗੱਲਾਂ ਕਰ ਰਹੇ ਹੋ ਯਾਰ ਤੂੰ ਮੱਛਰ ਨੂੰ ਟੱਕਰ ਮਾਰੇ ਨਾ ਤੇ ਮੱਛਰ ਨੂੰ ਕੁਝ ਵੀ ਨਹੀਂ ਹੋਣਾ ਓਏ ਸਿਆਣੇ ਦਲੀਪ ਕੁਮਾਰ ਚੁੱਪ ਕਰ ਜਾ ਤੈਨੂੰ ਨਹੀਂ ਪਤਾ ਲੱਗਦਾ ਵੀ ਕੁੱਗਾ ਯਾਰ ਕੰਮ ਕਰ ਰਿਹਾ ਵਾ ਕੁੱਗਾ ਚੰਪੀ ਕਰ ਰਹੀਆਂ ਜ਼ਰਾ ਕਰਦੇ ਕਰਦੇ ਚੋਰੀ ਹਾਂ ਆ ਚੰਪੀ ਕਰ ਪੰਪੀ ਲਾ ਕੇ ਓਏ ਫੋਨ ਆ ਗਿਆ ਚੋਰੀ ਨੂੰ ਫੋਨ ਆ ਗਿਆ ਓ ਨਹੀਂ ਯਾਰ ਸੁਲਾਹ ਕਰਾਉਣੀ ਸੀ ਇੱਕ ਫੈਸਲੇ ਤੇ ਜਾਣਾ ਸੀ ਅੱਛਾ ਤੁਹਾਨੂੰ ਪਤਾ ਵੀ ਉਹਨਾਂ ਨੇ ਆਪੇ ਕਰ ਲਈ ਹੋਣੀ ਚੋਰੀ ਸਾਹਿਬ ਫੋਨ ਤੇ ਸਿੱਧਾ ਫੜੋ ਫੋਨ ਵੀ ਦਾ ਤੇਰਾ ਤੇ ਤੈਨੂੰ ਕੀ ਪਤਾ ਮੈਂ ਸਿੱਧਾ ਕਰਾਂ ਜਾਂ ਤੂੰ ਮਾਮਾ ਲੱਗਦਾ ਦਾਦਾ ਵੀ ਇੱਥੋਂ ਕਰਾਉਂਦਾ ਰਿਹਾ ਪਿਓ ਵੀ ਕਟਿੰਗ ਕਰਾ ਕੇ ਚਲੇ ਜਾਂਦਾ ਸੀ ਉਹ ਕਿਹੜਾ ਵੀ ਇੱਥੇ ਮੁੜ ਕੇ ਸਾਰੀ ਜ਼ਿੰਦਗੀ ਬੈਠਾ ਰਹਿੰਦਾ ਸੀ ਇਹ ਵਾਲ ਇਕੱਠੇ ਕਰਕੇ ਤੇ ਨਹੀਂ ਵੇਚਦੇ ਬਕਵਾਸ ਬਕਵਾਸ ਬੰਦ ਕਰੋ ਲੱਲੋ ਬੰਦ ਕਰ ਲੋ ਤੁਹਾਡੀ ਮੇਰੀਆਂ ਅੱਖਾਂ ਚ ਅੱਖਾਂ ਨਾ ਪਾਓ ਕਤਲ ਹੋ ਜਾਓਗੇ ਤੁਸੀਂ ਓਏ ਹੋਏ ਕਤਲ ਤਾਂ ਚੋਰੀ 24 ਘੰਟੇ ਕਤਲਾਂ ਦੇ ਵਿੱਚ ਹੀ ਰਹਿੰਦਾ ਹਾਂ ਵੀ ਜਿਆ ਲੋਕਾਂ ਨੂੰ ਛੁਰੀਆਂ ਨਾ ਮਾਰਦਾ ਆਪ ਇਹਨੇ ਕੈਮੀਕਲ ਡੋਰ ਨਾਲ ਹੀ ਮਰ ਜਾਣਾ ਉਹ ਤੁਹਾਨੂੰ ਟੈਲੀਫੋਨ ਦੀ ਵੀ ਤਮੀਜ਼ ਨਹੀਂ ਆਏ ਪੰਚਾਇਤੀ ਬੰਦਾ ਵਾਂ ਮੈਂ ਹਾਂਜੀ ਹਾਂਜੀ ਹਾਰ ਜ਼ਾਕ ਚੋਰੀ ਜੀ ਆ ਲੱਤਾਂ ਦੇ ਮੈਲ ਦੱਸਦੀ ਤੁਸੀਂ ਤਾਂ ਨਹਾਤੇ ਹੀ ਨਹੀਂ ਸਾਲ ਤੋਂ ਤੂੰ ਚਟਣੀ ਆ ਇੱਥੋਂ ਨਾਲ ਮੇਰੀ ਚੌਧਰੀ ਮੈਂ ਕਿੰਨੇ ਪਟਰੋ 80 ਮਰਬੇ ਮੇਰੇ ਚੌਧਰੀ ਜਿਹੜੇ ਹੁੰਦੇ ਨਾ ਉਹ ਨਹਾਉਂਦੇ ਧੋਂਦੇ ਵੀ ਆ ਕਿੰਨੇ ਆਪਣਾ ਲਾਲ ਪੰਪ ਆ ਉਹ ਚੌਰੀ ਪਿੰਡਾਂ 'ਚ ਧੋਂਦੇ ਚੌਰੀ ਉਹ ਆ ਕਿ ਜਿਹੜੇ ਨਹਾਉਣ ਧੋਣ ਤੋਂ ਬਹੁਤ ਦੂਰ ਆ ਆਹ ਲੱਤਾਂ ਨਹੀਂ ਇੱਦਾਂ ਦੀਆਂ ਇਹਨੇ ਚੌਰੀ ਨੇ ਮੱਛੀ ਵਾਲਾ ਮਸਾਲਾ ਲਾਇਆ ਇਹਨਾਂ ਨੂੰ ਉਹ ਚੌਰੀ ਬੰਦਾ ਉਹਨੇ ਕੋਈ ਮਾੜਾ ਮਸਾਲਾ ਲਾਉਣਾ ਕਿਤੇ ਕੁੱਗੇ ਹਰ ਗਈ ਇਹਦੀ ਚੌਰੀ ਨੂੰ ਗੁੱਸਾ ਆ ਰਿਹਾ ਵਾ ਜਦੋਂ ਮੇਰੀ ਅੱਖ ਲਾਲ ਹੋਏ ਬਸ
बाकी दूजा जेड़ा गलती है काम जल्दी दे दिंदा गल चौधरी दुध पत्ती नहीं पींदा कुत्तियां दा बच्चा दुध भी पी जांदा ना पिंड दा चौरी है कुत्ते चौरी जदों किसे गली दे विचों नंगे कुत्ते दुध पींदे होण ते विच पैर पा दिंदे आ इस करके चौरी ना पीवे चोरी साहब तो बाद सारे दी वारी आउणी है जल्दी कर ला तू खाली कैंची खड़काई जाना काम वाले पासे खड़का ला तू चोरी टिकूगा तो मैं कुछ करूंगा मैं फिर चौरी साहब मैं सुनिया जिस इलाके च तुसी रहने ना उत्थे हाले भी ठीपे थुक ला के गिणदे 20,000 कित्थों आ गया चौरी बंदा वा उन्हें दे देना 20,000 रुपया उन्हें बैठे रहो मका लाना चौरी साहब अपनी दुकान पा के बह जा क्योंकि किसी दुकान काम कराउंदा तू तो चौधरी तू अपनी दुकान पा सारा पैसा घुगे नू मैं दिता पोछे नू की सी इहदे कोले एक तंबू ला के बैठा सी इन्ना कि टेबल लै के चोरी ने उत्थे अपने इलाके चोरी कीती उत्थे इहनू पैसे लब्भे ते बिद्दू दित्ते बैद कर पए तू गया ओह गल नहीं दसी दी अच्छा ठीक ठीक इह चोरी दी दुकान है जी इत्थे कम सिर चोरी इक दी होर वड्डी चोरी करा के ते चोरी को अपना मकान ही लै लो तेन अपना तारो करा तेरे पैर थलो जमीन निकल जानी है ना करो मैं इथे रहना तारफ कराऊंगा तो जमीन निकलनी है ना परचे दस दे कि मेरे ते दस दे चोरी ते अठ परचे चल रहे अठ परचे ते की गल अपनी तैयारी करके दे आगरे परचे इहदा तो वधी जाने ने मैं साइंस दा पेपर देण दे वी परचे देने ओए इन्ने परचे कराए चोरी 300 हाथ कड़ी लगी आ मेनू इक थाने च इक च हां अच्छा ओ नवी लई होनी उहनां ने ओ चोरी दे हाथ छोटे सी बेच नहीं सी आउंदी को अच्छा 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 ओही ओही दस्सिया चोरी दा माड़े हाथां ते रबड़ चढ़ा के भावें फड़ लो इहदे हाथ कड़ियां वाले हाथ है ही नहीं चोरी के हाथ बड़े लंबे आ भाजी तुसी भी चोरी के अच्छे लंबे हो गया काका हां जी हां जी फिर असमाई मेनू जे किते तेरी लड़ाई होवे फोन करी सिर्फ कुगे नु कल दी ते देख फिर तमाशा अच्छा जी कुगा तेनु फौरी लब लेगा कुगा मेरा चार्जर अच्छा अच्छा कुगे तो बगैर नहीं मैं रह सकदा हां जी जो सर उस तरह चल पैना इथे इधर आ गरमैश नाल ही चल पैना तुसी एदा करो भी मुंह झाड़ू ही ले लो कुछ एक बैठ जी गल फला लो ਐ ਕਰਕੇ ਕੋ ਉਸ ਤਰ੍ਹਾਂ ਚੱਲ ਜਵੇ ਇੱਥੇ ਬੈਠ ਮੈਂ ਬਾਹਰੋਂ ਹੋਆ ਭਰਾ ਕੇ ਆਉਂਦਾ ਉੱਥੇ ਸਾਈਕਲ ਵਾਲੇ ਕੋਲ ਓ ਸ਼ੇਪ ਕਰ ਤੂੰ ਉਹਨਾਂ ਦਾ ਕਿਹੜਾ ਮੂੰਹ ਬੰਦ ਯਾਰ ਕਿੱਦਾਂ ਕਰਾਂ ਸ਼ੇਪ ਇੱਥੋਂ ਕਿੱਦਾਂ ਫੜ ਕੇ ਕਰਾਂ ਮੈਂ ਦੱਸ ਉਹਨਾਂ ਦਾ ਮੂੰਹ ਕਿਹੜਾ ਬੰਦ ਹੋਣ ਡਿਆ ਵਿੱਚ ਮੜੀ ਉਂਗਲ ਪਾ ਕੇ ਬਾਹਰ ਕੱਢ ਲਾ ਉੱਥੋਂ ਸ਼ੇਪ ਕਰੀ ਜਾ ਆ ਇਦਾਂ ਕਰਕੇ ਕਾਕਾ ਤੂੰ ਮੈਂ ਦੱਸਦੀ ਅੱਖ ਦੀ ਲਾਲੀ ਨਹੀਂ ਦੇਖਦਾ ਤੂੰ ਓਏ ਹੋਏ ਚੌਰੀ ਤੇਰੀ ਅੱਖ 'ਚ ਸੂਰ ਦਾ ਵਾਲ ਆ
ਚੋਰੀ ਦਾ ਆਪਣਾ ਹੀ ਵਾਲ ਆ ਚੋਰੀ ਦਾ ਆਪਣਾ ਬੈਠ ਮੈਨੂੰ ਸਵਾਰ ਵਰਗਾ ਮੂੰਹ ਆ ਤੇਰਾ ਨਾ ਕਰਿਆ ਕਰ ਚੋਰੀ ਗੁੱਸਾ ਨਹੀਂ ਕਰ ਰਿਹਾ ਅੱਛਾ ਯਾਰ ਰੱਬ ਦੀ ਜ਼ਾਤ ਬੜੀ ਬੇਨਿਆਜ਼ ਆ ਕਿੱਦਾਂ ਦੀਆਂ ਸ਼ਕਲਾਂ ਵਾਲਿਆਂ ਨੂੰ ਪੈਸਾ ਮਿਲਿਆ ਵਾ ਹੈ ਇਹ ਬੰਦੇ ਬੜੀ ਗੱਲ ਆ ਚੋਰੀ ਬਣਾਇਆ ਇਹ ਮਾਲਕ ਦੀ ਦੇਣ ਹੈ ਜੀ ਇਹ ਬਸ ਜੀ ਉਹਨੇ ਇੱਜ਼ਤ ਦਿੱਤੀ ਤੇ ਜੇ ਦੁਕਾਨਦਾਰ ਨੇ ਬਣਾਇਆ ਜੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਇੱਕ ਪਾਸੇ ਲੱਗਾ ਵਾ ਬੰਦੇ ਦੇ ਅਸੀਂ ਕਿੰਨੇ ਘੰਟੇ ਹੋ ਗਏ ਬੈਠੇ ਆ ਸਾਨੂੰ ਤਾਂ ਪੈਲੀ ਵੱਢਣ ਦੇ ਆ ਉਹਦੀ ਕਟਿੰਗ ਹੀ ਨਹੀਂ ਹੋਣ ਦੀ ਉਹ ਵੀਰਿਆ ਉਹਦੀ ਆਪਣੀ ਵੀ ਕਟਿੰਗ ਆ ਉਹਦਾ ਆਪਣਾ ਵੀ ਤਾਂ ਮਸਲਾ ਹੈ ਨਾ ਉਹ ਇੱਕ ਸਾਈਡ ਨੂੰ ਸਰ ਗਾਹਕ ਨੂੰ ਤਾਂ ਇੱਕ ਅੱਖ ਨਾਲ ਦੇਖਦਾ ਵਾ ਬਾਹਰ ਲੈ ਕੇ ਲਾ ਦੇ ਤੇ ਫੌਜ ਵੀ ਹੋ ਗਈ ਚੌੜੀ ਸਾਹਿਬ ਦੀ ਕਟਿੰਗ ਕਰਨੀ ਹੈ ਤੂੰ ਨਾ ਫੱਟੀ ਤੇ ਬਹਿ ਕੇ ਕਟਿੰਗ ਕਰਾਉਣੀ ਆ ਮੈਂ ਸਰੀਰ ਤੇ ਬੈਠਾ ਵਾਂ ਇੰਨੀ ਕੁ ਫੱਟੀ ਤੇ ਬਹਿ ਕੇ ਤੇਰੀ ਹੋ ਜਾਣੀ ਤੈਨੂੰ ਆਪਣਾ ਫਿਕਰ ਪਿਆ ਵਾ ਚੁੱਪ ਕਰ ਜਾ ਬੈਲਤ ਨਹੀਂ ਜਾਣਦਾ ਤੂੰ ਹਾਂ ਕੁੱਤ ਖੰਨਾ ਪਾਇਆ ਆਪਣਾ ਹੀ ਹੁਣ ਨਾ ਕੋਈ ਬੋਲੇ ਇੱਥੇ ਮੈਂ ਛੁੱਪਣੀ ਚਲਾਤੀ ਨਾ ਚੌੜੀ ਸਾਹਿਬ ਨੇ ਨਿਕਲ ਜਾਣਾ ਹੁਣੀ ਓਏ ਤੇਰੇ ਦਾਦੇ ਦੀ ਬਰਾਤ ਆਉਣ ਰਹੀ ਆ ਇੱਥੇ ਅੱਛਾ ਇਦਾਂ ਤਾਂ ਚੌਧਰੀ ਨੂੰ ਆਪਣੇ ਘਰ ਦਾ ਪਾਲਿਆ ਕੁੱਤਾ ਵੀ ਪੈ ਜਾਂਦਾ ਹੁੰਦਾ ਉਹ ਚੌਧਰੀ ਇਹਨਾਂ ਦਾ ਗੁੱਸਾ ਨਹੀਂ ਤੂੰ ਕਰ ਰਿਹਾ ਸਾਰੇ ਹਲਕੀਆਂ ਬਰਾਦਰੀਆਂ ਦੇ ਬੰਦੇ ਆ ਆਹ ਜੇ ਮਾਰ ਲਾ ਮਜ਼ਾ ਦੇ ਰਹੇ ਆ ਅੱਜ ਸ਼ੇਰ ਦਾ ਪੁੱਤ ਨੀਂਦ ਆਉਣ ਲੱਗ ਗਈ ਆ ਮੈਨੂੰ ਸਭ ਨੀਂਦ ਲਿਆ ਆਉਣੀ ਹੈ ਨੀਂਦ ਟੈਨਸ਼ਨ ਨਹੀਂ ਲੈਣੀ ਤੁਸੀਂ ਇਦਾਂ ਹੋਈ ਤੇ ਸਮਾਨ ਹੋਰ ਕਿੰਨਾ ਕੁ ਚਾਹੀਦਾ ਮੈਨੂੰ ਦੱਸ ਫਿਰ ਮੈਂ ਕੰਮ ਇਹਦੇ ਹੱਥ ਕਰਨਾ ਸਮਾਨ ਜੀ ਕੋਈ ਕਰੀਬਾ ਚਾਹੀਦੀ ਹੈ ਕੋਈ ਫਿਸ਼ਲ ਦਾ ਸਮਾਨ ਚਾਹੀਦਾ ਤੁਸੀਂ ਇਦਾਂ ਕਰਿਓ ਕਿ ਰੁਪਈਆ 30,000 ਨਗਦ ਹੀ ਭੇਜ ਦਿਓ ਫਿਰ ਰਾਸ਼ਨ ਆਦ ਕੀ ਪੂਰਾ ਦੇ ਰਹੇ ਹਾਂਜੀ ਹਾਂਜੀ ਦੱਸ ਨਹੀਂ ਕੋਈ ਚੀਜ਼ ਘੜ ਜਵੇ ਜਿੱਤੀਮਾਂ ਨੂੰ ਵੀ ਦੇ ਦੇਈਦਾ ਇਹਨਾਂ ਨੂੰ ਵੀ ਖਵਾਈਦਾ ਜੀ ਜਦੋਂ ਦੇਗ ਪਕਾਈ ਦੀ ਹੈ 10 ਰੁਪਏ ਦੀ ਵੈਰੀ ਗੁੱਡ ਇਹਨਾਂ ਨੂੰ ਖਵਾਈ ਚੰਗਾ ਕਰਦਾ ਦੇਗਾ ਐ ਹੱਥ ਦਾ ਦਿੱਤਾ ਕੰਮ ਆਉਣਾ ਭਾਜੀ ਹਾਂਜੀ ਇੱਥੇ ਰਹਿ ਕੀ ਜਾਣਾ ਆ ਹੱਥ ਦਾ ਲਿੱਤਾ ਹੀ ਤੁਹਾਡੇ ਕੰਮ ਆਉਣਾ ਨਹੀਂ ਨਹੀਂ ਹੱਥ ਦਾ ਲਿੱਤਾ ਕਿਉਂ ਨਾ ਜੀ ਦਿੱਤਾ ਅਸੀਂ ਸਾਰੀ ਜ਼ਿੰਦਗੀ ਇੰਜ ਕੀਤਾ ਹਾਂ ਤੇ ਦੂਸਰੇ ਹੱਥ ਨਾਲ ਇੰਜ ਕੀਤਾ ਮੈਂ ਕਿਉਂ ਕੀਤਾ ਵੀ ਇੱਕ ਹੱਥ ਐ ਕਰੋਗੇ ਦੂਜਾ ਤੇ ਐ ਹੀ ਹੋਣਾ ਨਾ ਹਾਂ ਇਹ ਤੂੰ ਦੱਸ ਕਿ ਤੇਰਾ ਕੋਈ ਕੰਮ ਅੜਿਆ ਹੋਵੇ ਕਿਤੇ ਜ਼ਮੀਨ ਦਾ ਰਫੜ ਹੋਵੇ ਨਹੀਂ ਮੇਰਾ ਸਭ ਤੋਂ ਵੱਡਾ ਇਹ ਰਫੜਾ ਕਿ ਤੁਸੀਂ 10 ਮਿੰਟ ਵਾਸਤੇ ਦੁਕਾਨੋਂ ਬਾਹਰ ਜਾਓ ਮੈਂ ਇਹਦੇ ਕੋਲ ਕੰਮ ਕਰਾਉਣਾ ਥੋੜਾ ਜਿਹਾ ਕਿਨੇ ਮੇਰਾ ਇਹ ਕੰਮ ਕਿਤੇ ਕਰ ਦਿਓ ਨਾ ਮੈਂ ਸਾਰੀ ਜ਼ਿੰਦਗੀ ਤੁਹਾਨੂੰ ਦੁਆਵਾਂ ਦਵਾਂਗਾ ਜੇ ਕੁੱਗਾ ਮੰਨ ਜਵੇ ਤਾਂ ਫੇਰ ਕਹੀਂ ਕਹਿ ਲਾ ਉਹ ਕੁੱਗਿਆ ਮੇਰੀ ਗੱਲ ਸੁਣ ਲਾ ਕੁੱਗੇ ਆ ਬੰਦਾ 28 ਤੋਂ ਅਸੀਂ ਜਾਣਾ ਨਹੀਂ ਤੇ ਅਸੀਂ ਉਦਾਂ ਹੀ ਚਲੇ ਜਾਣਾ ਤੇਰੀ ਦੁਕਾਨ ਤੇ ਇੱਥੇ ਕੰਮ ਸਿਰਫ ਚੌਰੀ ਦਾ ਹੀ ਹੋਣਾ ਜਿਹਦੇ ਦੇ ਪੱਠਿਆਂ ਨੂੰ ਹੱਥ ਮਾਰਾ ਇਹ ਜਿਹਦੇ ਦੇ ਚੌਰੀ ਇੱਥੇ ਬੈਠਾ ਕਿਸੇ ਦਾ ਕੰਮ ਨਹੀਂ ਹੋਣਾ 1 ਮਿੰਟ ਹੀ ਆ ਚੌਰੀ ਨੂੰ ਮਾੜਾ ਜਿਹਾ ਖੜਾ ਕਰ ਇਥੋਂ ਤੇ ਕੰਮ ਸਾਡਾ ਕਰ ਪਹਿਲੇ ਚੌਰੀ ਨੂੰ ਹੱਥ ਨਾ ਲਾਇਓ ਕਾਕਾ ਤੂੰ ਮੈਨੂੰ ਨਹੀਂ ਜਾਣਦਾ ਸਮਝਿਆ ਚੌਰੀ 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 ਤੂੰ ਸਾਨੂੰ ਨਹੀਂ ਫੇ ਜਾਣਦਾ ਤੂੰ ਸਾਨੂੰ ਨਹੀਂ ਜਾਣਦਾ ਚਲੋ ਆਪਾਂ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਹਾਂ ਰੌਲਾ ਤਾਂ ਬਣਦਾ ਹੀ ਨਹੀਂ ਚਲੋ ਬੈਠ ਹੁਣ ਬਸ ਕੰਮ ਕਾ ਯਾਰ ਕੋ ਗਿਆ ਤੇ ਅੱਜ ਲੱਕ ਨੂੰ ਹੱਥ ਮਾਰ ਆ ਪੁੱਤਰ ਹੋ ਜਾ ਜਦੋਂ ਲੱਕ ਦੀ ਜਿਹੜੀ ਆ ਸੰਗਲੀ ਆ ਨਾ ਓਏ ਹੋਏ ਮੈਂ ਚੌਰੀ ਲੱਕ ਦੀ ਸੰਗਲੀ ਤੇਰੇ ਗਲ ਚ ਪਾ ਦੂੰਗਾ ਟੈਨਸ਼ਨ ਨਾ ਲੈ ਬੱਕਰੀਆਂ ਦੇ ਵਿੱਚ ਬੰਨ ਦੂੰ ਆਪਣੇ ਚੌਰੀ ਜੀ ਉਹ ਕੁੱਗਿਆ ਤੂੰ ਜੋਰ ਦੇ ਉੱਥੇ ਸ਼ਹਾਦਾ ਲੱਗੇਗਾ ਬੱਕਰੀਆਂ ਦੇ ਵਿੱਚ ਬੰਨਿਆ ਤਾਂ ਚੌਰੀ ਵੈਸੇ ਨਹੀਂ ਪਛਾਣਿਆ ਜਾਣਾ ਬੱਕਰੀ ਕਿਹੜੀ ਦੀ ਚੌਰੀ ਦੀ ਸੰਗਲੀ ਮੈਨੂੰ ਫੜਾ ਮੈਂ ਬਾਹਰ ਬੰਨ ਕੇ ਆਵਾਂ ਯਾਰ ਚੌਰੀ ਫਿਰ ਬਾਹਰ ਨਾ ਬੰਨੀ ਭਾਈ ਪਤਾ ਖੋਲ ਕੇ ਲੈ ਜਾਣਾ ਕਿਸੇ ਨੇ ਯਾਰ ਅਸੀਂ ਕੰਮ ਕਰਾਉਣਾ ਕੰਮ ਅਸੀਂ ਵੀ ਕਰਾਉਂਦੇ ਚੌਰੀ ਕੋ ਆਪਾਂ ਨੂੰ ਹੱਥ ਮਾਰ ਜਾਣ ਦੇ ਕੋਈ ਕੰਮ ਸਾਨੂੰ ਵੀ ਕਰਾਉਣ ਦੇ ਬਸ ਕਰ ਹੋ ਗਿਆ ਬਹੁਤ ਤੈਨੂੰ ਐਡਾ ਤੈਨੂੰ ਅੱਧਾ ਘੰਟਾ ਹੋ ਗਿਆ ਚੌਰੀ ਇਹ ਤਾਂ ਕੰਮ ਕਰਾਉਣੇ ਆ ਕੰਮ ਕਰਾਉਣਾ ਤੂੰ ਹੁਣ ਗੱਲ ਪਤਾ ਕੀ ਚਾਹੁੰਦਾ ਕੁਗਾਈ ਕੁਗਾਈ ਇਹਨੂੰ ਬੰਦੇ ਨੂੰ ਬਾਹਰ ਕੱਢੋ ਤੇਰੇ ਆਸੇ ਦੱਸਦੀ ਅਸੀਂ ਵੀ ਚੌਰੀ ਆ ਕੁਗੇ ਐਡਾ ਕਿਤੇ ਘੁੱਗਾ ਲਈ ਫਿਰਦਾ ਜਾ ਘੁੱਗਾ ਲੈ ਕਿਤੇ ਹੋਰ ਪਾਸੇ ਜਾ ਅਸੀਂ ਆਪ ਹੀ ਇੱਥੇ ਆਪਣਾ ਕੰਮ ਕਰਾਂਗੇ ਮੁੰਡੇ ਲੈ ਆਇਆ ਚੱਲ ਜਾ ਇਹਨੂੰ ਲਾ ਜਾ